ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੈਲਕਮ ਟੂ ਮਾਈ ਨਿਊ ਵਲੌਗ। ਆਈ ਹੋਪ ਕਿ ਤੁਸੀਂ ਸਾਰੇ ਠੀਕ ਹੋਵੋਗੇ। ਜਿਵੇਂ ਤੁਸੀਂ ਦੇਖ ਸਕਦੇ ਹੋ, ਅੱਜ ਪੂਰਾ ਬਾਰਿਸ਼ ਦਾ ਮੌਸਮ। ਥੱਲੋ ਦਿਖਾ ਲਿਆ, ਪੂਰੀ ਜ਼ੋਰਾਂ ਸ਼ੋਰਾਂ ਨਾਲ ਬਾਰਿਸ਼ ਪੈ ਰਹੀ ਹੈ। ਅਤੇ ਇਸ ਬਾਰਿਸ਼ ਦੇ ਮੌਸਮ ਦੇ ਵਿੱਚ ਸਾਡਾ ਕੁਛ ਫਾਸਟ ਫੂਡ ਖਾਣ ਦਾ ਦਿਲ ਕੀਤਾ, ਪਰ ਅਸੀਂ ਫਾਸਟ ਫੂਡ ਬਾਹਰੋਂ ਨਹੀਂ ਲਿਆਉਣਾ, ਬਾਹਰੋਂ ਸਮਾਨ ਲਿਆ ਕੇ, ਰੋ ਮਟੀਰੀਅਲ ਲਿਆ ਕੇ ਘਰ ਹੀ ਬਣਾਵਾਂਗੇ। ਐਂਡ ਇਹ ਦੇਖੋ, ਇਹ ਵੀ ਨਾਲ ਚੱਲਿਆ। ਹੁਣ ਮੀਟ ਭਿੱਜ ਜਾਣਾ ਸੀ ਪੂਰੇ। ਪਤਾ ਨਹੀਂ, ਪੁੱਛਣਾ ਪੈਣਾ ਆਪਣੇ ਮਨ ਤੋਂ। ਤੁਹਾਨੂੰ ਇੱਕ ਹੋਰ ਚੀਜ਼ ਦਿਖਾਉਂਦੇ ਹਾਂ। ਇੰਨੀ ਤਾਂ ਹਨੇਰੀ ਵੀ ਨਹੀਂ ਆਈ ਕਿ ਇਹਨਾਂ ਦੇ ਪੇਟ ਟੁੱਟਣ ਲੱਗ ਗਏ। ਦੇਖੋ, ਚੈੱਕ ਕਰ, ਪੇਟ ਟੁੱਟ ਗਿਆ ਇਹਨਾਂ ਦਾ। ਚਲੋ ਚਲੋ ਚਲੋ, ਨਿਕਲੋ ਨਿਕਲੋ। ਇਹਨੂੰ ਆਪਾਂ ਨਹੀਂ ਚਲਾਉਣਾ, ਜਦ ਤੱਕ ਇਹਦੀ ਸਰਵਿਸ ਨਹੀਂ ਹੁੰਦੀ ਉਦੋਂ ਤੱਕ ਇਹਨੂੰ ਚਲਾਉਣਾ ਨਹੀਂ। ਕੋਈ ਨਾ, ਬੈਠ ਕਰ। ਹੈ, ਚਲ ਆਪਾਂ ਜਾਣਾ ਸਹੀ ਰਹੇਗਾ ਕਿ ਨਹੀਂ? ਆਪਣਾ ਜਾਣਾ ਸਹੀ ਰਹੇਗਾ ਕਿ ਨਹੀਂ? ਪੱਕਾ? ਹਾਂ, ਭੁੱਖਾ ਤਾਂ ਤੂੰ ਬਹੁਤ ਹੈ। ਆਂਧੀ ਆਏ ਭਾਵੇਂ ਨੇਰੀ ਆਏ, ਭਾਵੇਂ ਬਰਫ ਪੈ ਰਹੀ ਹੋਵੇ। ਓਏ, ਵਾਤ ਚੈੱਕ ਕਰਵਾਈ ਇਹਨਾਂ ਨੇ, ਰੈਨੋਵੇਟ ਕਰ ਰਹੇ ਨੇ ਘਰ ਨੂੰ ਆਪਣੇ। ਪੁੱਠੇ ਪੰਗੇ, ਪੁੱਠੇ ਪੰਗੇ। ਵੈਸੇ ਤਾਂ ਮੀਂਹ ਘੱਟ ਹੀ ਆ, ਹੌਲੀ ਹੌਲੀ ਪਾਗਲ ਹੈ ਯਾਰ। ਫੈਂਸ ਪਾਗਲ ਹੈ, ਪਾਗਲ ਹੈ। ਚੱਲ 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 ਚੱਲ, ਇੰਨਾ ਹੌਲੀ ਵੀ ਨਹੀਂ ਗਿਆ, ਸਾਰਾ ਮਾਹੌਲ ਸੁਲਤਾਨ ਹੈ। ਚੱਲ ਚੱਲ ਲਾ ਲਿਆ ਹੁਣ ਯਾਰ, ਬਸ ਚਿੱਕੜ ਨਾ, ਮਤਲਬ ਕਿ ਪਾਣੀ ਨਾ ਪਾਈ ਕਰਦੇ। ਹੈਂ, ਨਹੀਂ ਪੈਂਦਾ। ਇੰਡੀਆ ਦੀ ਇੱਕ ਖਾਸੀਅਤ ਹੈ, ਇੱਥੇ ਇੰਨਾ ਮੀਂਹ ਨਹੀਂ ਪੈਂਦਾ ਜਿੰਨਾ ਪਾਣੀ ਖੜ ਜਾਂਦਾ। ਓ ਯਾਰ, ਪਾਣੀ ਤਾਂ ਮੈਂ ਬਿਲਕੁਲ ਹੈ। ਆਪਣੀ ਦੁਕਾਨ ਇੱਥੋਂ ਲੈ ਕੇ ਜਾਵਾਂਗੇ ਕੁਛ ਕੋਈ ਬਾਤ ਨਾ। ਗੁਰ ਸਤ ਗੁਰ ਸੰਗ। ਵੈਲਕਮ ਟੂ ਆਰ ਕਿਚਨ। ਅੱਜ ਥੋੜ੍ਹਾ ਜਿਹਾ ਵਲੋਗ ਜਿਹੜਾ ਆ, ਫੂਡੀ ਵਲੋਗ ਹੋਏਗਾ। ਅਤੇ ਅੱਜ ਗੁਰਪਾਲ ਸਿੰਘ ਸਵੈਮ ਸੈਂਡਵਿਚ ਪੀਜ਼ਾ ਬਣਾ ਲਿਆ ਜਾ ਰਿਹਾ। ਐਂਡ ਦਿਸ ਇਜ਼ ਸ਼ਿਮਲਾ ਮਿਰਚ, ਜੋ ਕਿ ਅੱਧਾ ਕਿਲੋ ਲੈਣ ਲੱਗੇ। ਐਂਡ ਦਿਸ ਇਜ਼ ਮੇਅਨੀਜ਼। ਪਿਆਜ਼ ਟਮਾਟਰ ਕੌਣ ਲੈ ਕੇ ਆਏਗਾ? ਓਕੇ, ਟੂ ਗੈਟ ਦਿਸ। ਨੂੰ ਆਪਾਂ ਕੱਟ ਦੇ ਹਾਂ। ਟਮਾਟਰ ਕਿੰਨੇ ਲੈ ਕੇ ਆਣੇ ਭਾਜੀ? ਟਮਾਟਰ ਦੋ ਭਾਜੀ, ਦੋ ਟਮਾਟਰ। ਚਲੋ ਲੱਕ ਦੇਣਾ ਹੁਣ ਉੱਥੇ।
ਭਾਜੀ ਸਾਡੇ ਪਿਆਜ਼ ਕੱਟਦੇ ਹੋਏ ਮੇਰਾ ਨਾ ਥੋੜਾ ਯਾਰ ਉਹ ਹੱਥ ਬੈਠਾ ਨਹੀਂ ਹੋਇਆ ਨਾ ਉਹ ਕਦੇ ਕੰਮ ਨਹੀਂ ਕੀਤਾ ਕਦੇ ਹਾਂਜੀ ਆਪ ਗਲਤ ਖੁੱਲ ਗਿਆ ਯਾਰ ਮੇਰੇ ਹੱਥ ਤੋਂ ਵੱਡਾ ਬ੍ਰੈਂਡ ਦੇਖੋ ਜਿੰਨਾ ਸਮਾਂ ਇਹਨਾਂ ਨੂੰ ਪਿਆਜ਼ ਅਤੇ ਟਮਾਟਰ ਚੀਰਨ 'ਚ ਲੱਗੇਗਾ ਉਨੀ ਦੇਰ ਮੈਂ ਆਲੂ ਭੁਜੀਆ ਹੀ ਖਾ ਲੂੰਗਾ ਕਿਉਂਕਿ ਪੂਰਾ ਸਾਲ ਲੱਗ ਜਾਏਗਾ ਉਨੀ ਦੇਰ ਮੈਂ ਤਾਂ ਭੁੱਖਾ ਮਰ ਜਾ ਹਰੇ ਪਿਆਜ਼ ਚੀਰੇ ਗਏ ਮਸਾ ਮਸਾ ਚੱਲ ਫਿਰ ਚੱਲ ਕਰ ਬਈ ਕੰਮ ਹੋਇਆ ਸ਼ੁਰੂ ਲਓ ਜੀ ਸਭ ਕੁਛ ਮਿਕਸ ਕਰਤਾ ਪਿਆਜ਼ ਟਮਾਟਰ ਅਤੇ ਕੈਪਸੀਕਮ ਅਤੇ ਸੋਸ ਪੀਜ਼ਾ ਸੋਸ ਮਿਊਨੀਜ਼ ਐਂਡ ਟਮੈਟੋ ਸੋਸ ਸਭ ਕੁਛ ਮਿਕਸ ਕਰ ਦਿੱਤਾ ਹੈ ਐਂਡ ਦਿਸ ਇਜ਼ ਬ੍ਰੈਡ ਐਵੇਂ ਕੱਟਣਾ ਪੈਣਾ ਪਹਿਲਾਂ ਇਹਨੂੰ ਅਤੇ ਹੁਣ ਲੂਣ ਪੈ ਰਿਹਾ ਜੀ ਨਮਕ ਫਿਰ ਕੀ ਪਾਇਆ ਜਾ ਰਿਹਾ ਲਾਲ ਮਿਰਚ ਹਰੀ ਮਿਰਚ ਪਾਉਣੀ ਸੀ ਕਿਉਂ ਤੰਗ ਕਰੀ ਜਾ ਰਿਹਾ ਉਹਨੂੰ ਓ ਮਾਈ ਗੋਡ ਸ਼ੈਫ ਗੁਰਪਾਲ ਸਿੰਘ ਸਾਨੂੰ ਉਸੇ ਦਾ ਪਾ ਕੇ ਸਭ ਕੁਝ ਮਿਕਸ ਕਰਤਾ ਪਹਿਲਾਂ ਇਹ ਆਈਡੀਆ ਹੈ ਨਹੀਂ ਸੀ ਪਰ ਦੁਬਾਰਾ ਬਣ ਗਿਆ ਇਹ ਆਈਡੀਆ ਪਹਿਲਾਂ ਆਈਡੀਆ ਵੀ ਹੋਰ ਸੀ ਉਹ ਆਈਡੀਆ ਦੇ ਹਾਲੇ ਕੀ ਬਣ ਗਿਆ ਸਾਰਾ ਨਾਸ ਕਰ ਗਿਆ ਅਗਰ ਕੋਈ ਦਾ ਇਸੇ ਦੀਦੀ ਭੜਕ ਗਈ ਕਹਿੰਦੀ ਹੈ ਕੀ ਕਰਤਾ ਚੱਲ ਕੋਈ ਨਾ ਹੋਰ ਕਰਤਾ ਇਹ ਕੋਈ ਸਾਡੀ ਵੀ ਹੈ ਉਹ ਨਹੀਂ ਦੇਖ ਨਹੀਂ ਹੈ ਗਾਇਸ ਇਹ ਬਹੁਤ ਜ਼ਿਆਦਾ ਤਮਾਸ਼ਾ ਹੋਇਆ ਬੜੀ ਸਾਰੇ ਭਾਂਡੇ ਇੱਧਰ ਉੱਧਰ ਕਰਦੇ ਦੀਦੀ ਤੁਸੀਂ ਵਲੌਗ ਚਾਹਣਾ ਚਾਹੁੰਦੇ ਹੋ ਤਾਂ ਇਸ ਲਈ ਤਾਂ ਅਸੀਂ ਲੈ ਕੇ ਗਏ ਤੁਹਾਨੂੰ ਵੀ ਬਲੂ ਬਾਏ ਓਏ ਤੂੰ ਮੇਰਾ ਪਾਣੀ ਪੀਂਦਾ ਮੇਰਾ ਪਾਣੀ ਮੇਰਾ ਪਾਣੀ ਬ੍ਰੈਡ ਤੇ ਪਾਸਤਾ ਪੀਜ਼ਾ ਸੋਸ ਇੱਥੇ ਵੀ ਬਾਈ ਉਹ ਸੱਚੀ ਗੱਲ ਹੈ ਕਿ ਇੱਕ ਬੰਦਾ ਇਕੱਲਾ ਕੁਛ ਨਹੀਂ ਕਰ ਸਕਦਾ ਨਾਲ ਔਰਤ ਦੀ ਵੀ ਲੋੜ ਪੈਂਦੀ ਹੈ ਜੋ ਕਿ ਹੁਣ ਮੇਰੇ ਨਾਲ ਕੋਈ ਸ਼ਖਸ ਹੈਲਪ ਕਰ ਰਿਹਾ ਹੈਲਪ ਕਰ ਰਿਹਾ ਮੇਰੀ ਪਿਆਰੀ ਦੀਦੀ ਦੀਦੀ ਈ ਹੁਣ ਇਹ ਜਿਹੜਾ ਬਣਾਇਆ ਸੀਗਾ ਮਿਕਸਚਰ ਜਿਹਾ ਇਸ 'ਤੇ ਪਾਇਆ ਜਾ ਇੱਕ ਤੇ ਸੋਸ ਸੂਸ ਇਹ ਵੀ ਇਹਨਾਂ ਵੀ ਹੁਣ ਇਹ ਇਹਨਾਂ ਪੈ ਰਿਹਾ ਕਿਉਂ ਰਵਾ ਰਿਹਾ ਤੂੰ ਮੇਰੀ ਛੋਟੀ ਭੈਣ ਹੈ ਅੱਖਾਂ ਕੀ ਕੱਢ ਰਹੇ ਹੈ ਸੈਂਡਵਿਚ ਤਾਂ ਮੇਰੇ ਤੋਂ ਬਣੇ ਨਹੀਂ ਹੁਣ ਮੈਂ ਚਾਹ ਬਣਾਉਣ ਲੱਗ ਗਿਆ ਸਪੈਸ਼ਲ ਇਹ 'ਚ ਇਲਾਇਚੀ ਮਿਕਸ ਹੈ ਲੌਂਗ ਨੇ ਸੌਂਫ ਹੈ ਅਤੇ ਵੱਡੀ ਇਲਾਇਚੀ ਇਹ ਸਿਰਫ ਇੱਕ ਚੁਟਕੀ ਪਾਣੀ ਹੈ ਇਹਨੇ ਕੰਮ ਬਣਾ ਲੈਣਾ ਥੋੜ੍ਹੀ ਜਿਹੀ ਹੋਰ ਪਾ ਲਈਏ ਇੱਧਰ ਆ ਬਣ ਕੇ ਤਿਆਰ ਹੋ ਗਏ ਮੇਰੇ ਦੇਸੀ ਤਰੀਕਾ ਅੱਲਾ ਪੜ ਮਾਂ ਹੁਣ ਮਿਲਕ ਦੀ ਵਾਰੀ ਚਾਹ ਬਣਾ ਰਹੇ ਥੋੜ੍ਹੀ ਕੁਆਲਿਟੀ ਹੋਰ ਪਾਣੀ ਹੈ ਕੁਆਲਿਟੀ ਨਹੀਂ ਕੁਆਲਿਟੀ ਮੇਰੀ ਇੰਗਲਿਸ਼ ਥੋੜ੍ਹੀ ਕਮਜ਼ੋਰ ਹੋਇਆ ਨਾ ਓਏ ਓਏ ਪਾਣੀ ਦੇਸੀ ਤਰੀਕਾ ਉਹ ਬਣ ਗਏ ਉਹ ਸਾਡਾ ਬਣਾ ਰਿਹਾ
वो चाय क्या जिसमें उबाल ना हो, वो दोस्त क्या जिसमें बवाल ना हो। यस, बारी बारी चल थले जा चले जा चले जा चले जा फिर आ जाओ तो अब जाना चले जा चले जा चले जा गाइस असीं मिठे की वरतों घट ही करते हैं। हाँ, मिठे की जगह असी शक्कर पा देंगे। शक्कर का भी स्वाद अलग ही है। तो तैयार हो गई अपनी चाह, हुण इहनूं पाउणे गलासां दे विच। सो इत्थे ही जिहड़ा अज ये व्लॉग है फूड व्लॉग, फ्लॉप शैफ गुरपाल सिंह भी मिलते हुण मिलते आप अगले व्लॉग दे विच। साडे नाल जुड़े रहो, सबसक्राइब करो चैनल नूं, लाइक कमेंट एंड शेयर जरूर करो जी। वाहिगुरू जी का खालसा, वाहिगुरू जी की फतेह।